जिथे मारते ने गेड़ा उथे पै जांदा छोड़ा इथे भैणा नाल भरा खड़ जान ओते खड़दा ना कोई होर आ जिथे मारते ने गेड़ा उथे पै जांदा छोड़ा परसों दे जेब कट के भजे साले सारे चोर आ मशहूर होने की ख्वाहिश नहीं हमें आप हमें पहचानते हैं बस इतना ही काफी है लोग जानते हैं हमें किस वजह से ये भी जानना काफी है आजकल जना खाना आपकी कुत्ते खानी कर जाता है इस बात से हमें हंसी आती है ते हां जी किदा सारे होप के सारे वधिया हो गए ते सब तो पहला ते सारे दा बहुत बहुत थैंक्स वन के कंप्लीट करा दे राय तो ही तरले मार मार के मारा मरा के या पर चलो कोई गल नहीं ते भैणा दा बहुत बहुत थैंक्स बहुत सारिया भैणा वीडियो वेखण आउंदियां वा ते हुण मेरे भरा दो के करा दो हां कर दो सब्सक्राइब ते चलो छड्डो गल कर दो के ना फिर पक्का ते अज गल करांगे जी आपां निकिता शर्मा दी बकड़ा फायदा आ छड़े काल दीदी जी की गल काफी टाइम हो गया गे दी मंजी नहीं ठोकी है काम झड़दा लगदा आ छड़ना ही पैना है ना लोकी अजकल ताड़ी ठोकी जांदे मंजी सॉरी थोड़ा जा गैप पै गया ते चलो फिर करते हैं कुत्ते खानी शुरू तो चलिए शुरू करते हैं डैडी नु कर रहा ही याद आ गया डैडी देख ला डैडी वे ना डैडी नु सुसु आला दे सुसु जो डैडी जी सुसु करो सुसु ने मेरा दो नंबर आया है ਕੀ ਯਾਰ ਬਦਮਾਸ਼ੀਆਂ ਮੇਰੇ ਕਿ ਜਿੰਨਾ ਤੇਰਾ ਕੱਦ ਆ ਮੇਰਾ ਭਰਾ ਉਹਨੂੰ ਭੈਣ ਆਪਣੀ ਨੂੰ ਸਮਝਾਇਆ ਕਰੋ ਤੁਸੀਂ ਪਿਓ ਪੁੱਤ ਨਾਲ ਗੋਲੀਆਂ ਚਲਾਉਣ ਤੇ ਹੋਏ ਜੇ ਹੈ ਅੰਕਲ ਜੀ ਤੁਸੀਂ ਵੀ ਸਮਝਾਇਆ ਕਰੋ ਤੁਸੀਂ ਤੇ ਸਿਆਣੇ ਬਾਣੇ ਤੁਸੀਂ ਵੀ ਨਾਲ ਕਰੀ ਭੈਣ ਕੱਢ ਦਿੰਦੇ ਕਦੀ ਕੱਢ ਦਿੰਦੇ ਆ ਜਿੱਥੇ ਮਰਜ਼ੀ ਨਾ ਲੈ ਲਈ ਕਾਕਾ ਹੜ ਪਾਸੇ ਛਾਏ ਆ ਆ ਜਿੱਥੇ ਗੋਲੀ ਚੱਲਦੀ ਹੋਵੇ ਨਾ ਆ ਉੱਥੋਂ ਹੀ ਗੈਸ ਕਰ ਲਈ ਕਾਕਾ ਗੁਰਦਾਸਪੁਰੀਏ ਆਏ ਆ जिदर मर्जी जिदे तू धमाके मगर म्यूजिक लाया ना सची जो तेरे लागे गोली का फैर कड़े ते तेरे वर्गी का उदा ही बीपी लो हो जाता है दादा तेरा शरीर ना ना तेनू पिस्तौल दी नी तेनू ना ग्लूकोज की लोड़ है आ मोटर की आवाज सुन के तुरपिया मामा कितने खुड़ा ता नहीं हा जफ्फियां ही पाई जाना मामा पिछे भी देख ला हा कितने छुड़ा ता नहीं छुड़ा छुड़ा जो मुंह जांदा बोली जानी है छोड़ा खुड़ा ते छोड़ा ना तेरी कोई सैरी ना सिर ना कोई पैर ते जिधर नु मर्जी ठोक जा अजी छोड़ा पछे वे कि ने छोड़ा ता नहीं की है कोई चज दी शेरी बोल लिया कर के थोड़ी जी आ साडे ते बदमाशी ना दिखा असी राजपूत ठाकरां दे मुंडे आ आ तेरे ते हल्ला बोल देंगे अज तू फिर भी ना मन्निया तेरा खोपड़ खोल देंगे बस कड़ो शर्मा जी बस कड़ो ਤੁਹਾਡੀਆ ਭਗਵਾਨ ਨੇ ਨਾ ਮੇਰਾ ਸੱਚੀ ਖੋਪੜ ਖੋਲ ਦੇਣਾ ਹੈ ਕੀ ਤੁਹਾਨੂੰ ਬਾਬਾ ਤੁਹਾਨੂੰ ਗੁਰੂ ਗੋਬਿੰਦ ਦੀ ਲੋੜ ਆ ਤੇ ਕੀ ਤੁਸੀਂ ਬਦਮਾਸ਼ੀ ਪ੍ਰਮੋਟ ਕਰ ਤੁਹਾਨੂੰ ਪਤਾ ਤੁਹਾਡੇ ਕਿੰਨੇ ਪੋਤਾਂ ਨੂੰ ਸਿਵਿਆਂ ਚ ਭੇਜਤਾ ਤੇ ਤੁਸੀਂ ਬਸ ਹਥਿਆਰਾਂ ਤੇ ਪ੍ਰਮੋਟ ਕਰਦੇ ਜੇ ਹੋਰ ਕੋਈ ਕੰਮ ਨੀ ਤੁਹਾਨੂੰ ਤੇ ਇੱਦਾਂ ਨਾ ਕਰਿਆ ਕਰੋ ਨਾ ਬਦਮਾਸ਼ੀ ਪ੍ਰਮੋਟ ਕਰਿਆ ਕਰੋ ਨਾ ਹਥਿਆਰਾਂ ਨੂੰ ਪ੍ਰਮੋਟ ਕਰਿਆ ਕਰੋ ਤੇ ਥੋੜੀ ਜਿਹੀ ਸਮਝਦਾਰੀ ਵਰਤੋ ਕੁੜੀ ਜੇ ਤੇ ਕੁੜੀਆਂ ਵਾਂਗ ਰਹੋ ਕੋਈ ਚੱਜ ਦੇ ਕੰਮ ਦੱਸੋ ਕੋਈ ਚੱਜ ਦੀ ਸ਼ਾਇਰੀ ਬੋਲੋ ਅੰਕਲ ਜੀ ਤੁਸੀਂ ਤੇ ਸਿਆਣੇ ਜੇ ਹੈ ਤੇ ਤੁਸੀਂ ਇਹਨਾਂ ਨੂੰ ਕੁਝ ਸਮਝਾਓ ਥੋੜਾ ਜਿਹਾ ਤੁਸੀਂ ਵੀ ਨਾਲ ਆ ਵੀ ਇੱਧਰ ਕਦੀ ਫੈਰ ਤੇ ਕਦੀ ਇੱਧਰ ਨੂੰ ਫੈਰ ਕੱਢੀ ਜਾਂਦੇ ਥੋੜਾ ਜਿਹਾ ਸਮਝਾਓ ਤੇ ਜੇ ਤੇ ਇਹਨਾਂ ਨੂੰ ਜ਼ਿਆਦਾ ਹੀ ਸ਼ੌਂਕ ਆ ਗੋਲੀਆਂ ਚਲਾਉਣ ਦਾ ਤੇ ਤੁਹਾਨੂੰ ਇੱਕ ਛੋਟੀ ਜਿਹੀ ਬੇਨਤੀ ਹੈ ਕਿ ਇਹਨਾਂ ਨੂੰ ਭਰਤੀ ਕਰਾਓ
ਇਹਨਾਂ ਕਹੇ ਇੰਸਟਾਗ੍ਰਾਮ ਤੇ ਨਾ ਫੈਰ ਕੱਢਣ ਮੇਰੇ ਤੇ ਕੰਨ ਪਾਟਣੇ ਆ ਗਏ। ਇਹਨਾਂ ਕਹੇ ਭਰਤੀ ਹੋ ਉੱਥੇ ਆਰਮੀ, ਤੁਹਾਡੀ ਬਹੁਤ ਲੋੜ ਆ ਤੇ ਉੱਥੇ ਜਾ ਕੇ ਜਿੱਦਾਂ ਮਰਜ਼ੀ ਫੈਰ ਕਰੀ ਠਾ ਠਾ ਤੇ ਉੱਥੇ ਜਾ ਕੇ ਜਿੱਦਾਂ ਮਰਜ਼ੀ ਫੈਰ ਕਰੋ ਤੇ ਇੰਸਟਾਗ੍ਰਾਮ ਤੇ ਨਾ ਪ੍ਰਮੋਟ ਕਰੋ ਤੇ ਇਹਨਾਂ ਨੂੰ ਤੁਸੀਂ ਤੇ ਸਿਆਰੇ ਜੇ ਤੁਸੀਂ ਸਮਝਾਓ ਇਹਨਾਂ ਨੂੰ ਥੋੜ੍ਹਾ ਬਹੁਤਾ। ਬਾਕੀ ਤੁਸੀਂ ਮੇਰੇ ਵੀਰ ਮੈਨੂੰ ਹੁਣ ਨਾ 2 ਕੇ 'ਚ ਭਰਤੀ ਕਰਾਓ ਜਲਦੀ ਜਲਦੀ ਤੇ ਵੀਡੀਓ ਨੂੰ ਲਾਈਕ ਕਰਕੇ ਨਾ ਮੇਰੀ ਟ੍ਰੇਨਿੰਗ ਪੂਰੀ ਕਰ ਦਿਓ ਤੇ ਬਾਕੀ ਵੀਡੀਓ ਇੱਦਾਂ ਦੀਆਂ ਮਿਲਦੀਆਂ ਰਹਿਣਗੀਆਂ ਤੇ ਮਿਲਦੇ ਆ ਤੁਹਾਨੂੰ ਤਨਖਾਹ ਦੇ ਨਾਲ। ਸੋਰੀ, ਅਗਲੀ ਵੀਡੀਓ ਦੇ ਨਾਲ ਤੇ ਮੇਰੀਆਂ ਭੈਣਾਂ ਜਿਹੜੀਆਂ ਵੀਡੀਓ ਵੇਖਦੀਆਂ ਸਾਰੀਆਂ ਦਾ ਬਹੁਤ ਬਹੁਤ ਥੈਂਕਸ, ਬਹੁਤ ਸਪੋਰਟ ਕਰਦੇ ਪਏ ਜੇ ਤੁਸੀਂ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਇੱਦਾਂ ਵੀਡੀਓ ਅੱਗੇ ਵੀ ਆਉਂਦੀਆਂ ਰਹਿਣਗੀਆਂ ਤੇ ਬਾਕੀ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ 'ਚ। ਥੈਂਕ ਯੂ ਸੋ ਮੱਚ ਵਾਚਿੰਗ, ਬਹੁਤ ਵਧੀਆ ਪਿਆਰ ਮਿਲ ਰਿਹਾ ਤੁਹਾਡਾ, ਬਾਕੀ ਇੱਦਾਂ ਪਿਆਰ ਕਰਦੇ ਰਹੋ ਤੇ ਚਲੋ ਜੀ ਫਿਰ ਸਤਿ ਸ਼੍ਰੀ ਅਕਾਲ।